श्रीकाल जी गुरु नानक महाराज जी के प्रकाश पुरब की सारी दुनिया नु सारी संगत नु लख लख वधाई। सतगुरु नानक पातशाह का जन्म 1469 ईस्वी विच ननकाना साहिब पाकिस्तान विच कत्तक दी पूर्णमाशी वाले दिन होया। सतगुरु नानक पातशाह दे दादा शिव राम, दादी बनारसी, माता तृप्ता देवी और पिता कल्याण चंद। ਜਦੋਂ ਸਤਿਗੁਰਾਂ ਦੇ ਪ੍ਰਕਾਸ਼ ਦਾ ਸਮਾਂ ਆਇਆ, ਮਾਤਾ ਤ੍ਰਿਪਤਾ ਦੇ ਕੋਲ ਦੌਲਤਾਂ ਦਾਈ ਬੈਠੀ ਹੈ। ਜਦੋਂ ਸਭ ਤੋਂ ਪਹਿਲਾਂ ਦੌਲਤਾਂ ਦਾਈ ਨੇ ਗੁਰੂ ਨਾਨਕ ਮਹਾਰਾਜ ਜੀ ਦੇ ਦੀਦਾਰ ਕੀਤੇ, ਉਹਨੂੰ ਲੋਕ ਪਰਲੋਕ ਦੀ ਸੋਝੀ ਹੋ ਗਈ। ਦੌੜ ਕੇ ਪਿਤਾ ਕਾਲੂ ਜੀ ਦੇ ਕੋਲ ਜਾ ਕੇ ਕਹਿਣ ਲੱਗੀ, ਪਿਤਾ ਜੀ, ਜਿਸ ਬਾਲਕ ਨੇ ਆਪ ਦੇ ਘਰ ਜਨਮ ਲਿਆ ਉਹ ਕੋਈ ਆਮ ਬਾਲਕ ਨਹੀਂ ਹੈ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਉਸ ਸਮੇਂ ਕਿਸ ਤਰ੍ਹਾਂ ਪਿਤਾ ਕਲਿਆਣ ਚੰਦ ਦੇ ਘਰ ਵਧਾਈਆਂ ਵਧਾਈਆਂ ਕਿਸ ਤਰ੍ਹਾਂ ਹੋਈਆਂ। ਨਾਨਕ ਨੇ ਲਿਆਇਆ ਅਵਤਾਰ ਜੀ ਵਧਾਈ ਹੋਵੇ। ਬੀਬੀ ਸੁਲੱਖਣੀ ਦੇ ਨਾਲ ਬਟਾਲਾ ਵਿਖੇ ਜਦੋਂ ਹੋਇਆ, ਉਸ ਸਮੇਂ ਦੀ ਘੋੜੀ ਆਪਾਂ ਸਰਵਣ ਕਰਦੇ ਹਾਂ ਬੜੇ ਪਿਆਰ ਨਾਲ। ਅੱਜ ਨਾਨਕ ਘੋੜੀ ਚੜਿਆ ਏ ਪੈਣ ਪੁੱਲਾ ਵੀਰ ਦਾ, ਚੜਿਆ ਏ ਖੁਸ਼ ਜਾਹੇ ਨਾ ਸਹਾਲੀ। ਤੇਰੇ ਸਿਰ ਦੀਆਂ ਵਿਸ਼ਕੀਆਂ ਲੜੀਆਂ ਵੇ ਤੇਰੇ ਚੱਪੇ ਨੇ।
ਗੁਰਨਾਨਕ ਜੀ ਇਹਨਾਂ ਦੀ ਸੰਤਾਨ। ਔਰ ਆਖਰ ਸਤਿਗੁਰੂ ਜਦੋਂ ਉਸ ਪੜਾਅ ਤੇ ਪਹੁੰਚੇ ਜਿਹਦਾ ਕਰਕੇ ਸਤਿਗੁਰਾਂ ਨੇ ਕਲਯੁਗ ਦੀ ਧਰਤੀ ਤੇ ਅਵਤਾਰ ਧਾਰਿਆ, ਚਾਰ ਉਦਾਸੀਆਂ ਦੇ ਲਈ, ਦੁਨੀਆਂ ਨੂੰ ਤਾਰਨ ਦੇ ਲਈ ਜਦੋਂ ਸਤਿਗੁਰ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਤੋਂ ਤੁਰਨ ਲੱਗੇ ਆ, ਤੇ ਉਹੀ ਭੈਣ ਨਾਨਕੀ ਫਿਰ ਸਾਹਮਣੇ ਆ ਖੜੀ ਹੋਈ, ਹੱਥ ਜੋੜ ਕੇ ਕਹਿੰਦੀ, ਵੀਰ ਨਾਨਕ ਆਪ ਤੁਰ ਚੱਲਿਆ ਦੁਨੀਆਂ ਨੂੰ ਤਾਰਨੇ, ਸਾਨੂੰ ਆਪਣੇ ਪਰਿਵਾਰ ਨੂੰ, ਮਾਤਾ ਪਿਤਾ ਬੱਚਿਆਂ ਨੂੰ ਕਿਤੇ ਆਸਰੇ ਛੱਡ ਕੇ ਚੱਲਿਆ ਵੀਰ ਨਾਨਕਾ। ਸਤਿਗੁਰੂ ਕਹਿੰਦੇ, ਭੈਣ ਨਾਨਕੀ ਜੀ, ਸਭ ਨੂੰ ਉਸ ਅਕਾਲ ਪੁਰਖ ਦਾ ਆਸਰਾ ਹੈ। ਭੈਣ ਭਰਾ ਦੇ ਵਾਰਤਾਲਾਪ ਕਿਸ ਤਰ੍ਹਾਂ ਹੁੰਦੇ ਨੇ? ਆਪ ਤੁਰ ਚੱਲੇ ਆਏ ਦੁਨੀਆਂ ਨੂੰ ਤਾਰਨੇ, ਸਾਡੀ ਬਾਹ ਕਿਸ ਨੂੰ ਫੜਾਈ, ਕਲਯੁਗ ਦੀ ਧਰਤੀ ਤੇ ਅਵਤਾਰ ਧਾਰਿਆ, ਚਾਰ ਉਦਾਸੀਆਂ ਦੇ ਲਈ, ਦੁਨੀਆਂ ਨੂੰ ਤਾਰਨ ਦੇ ਲਈ ਜਦੋਂ ਸਤਿਗੁਰ ਨਾਨਕ ਪਾਤਸ਼ਾਹ ਸੁਲਤਾਨਪੁਰ ਲੋਧੀ ਤੋਂ ਤੁਰਨ ਲੱਗੇ ਆ, ਤੇ ਉਹੀ ਭੈਣ ਨਾਨਕੀ ਫਿਰ ਸਾਹਮਣੇ ਆ ਖੜੀ ਹੋਈ, ਹੱਥ ਜੋੜ ਕੇ ਕਹਿੰਦੀ, ਵੀਰ ਨਾਨਕ ਆਪ ਤੁਰ ਚੱਲਿਆ ਦੁਨੀਆਂ ਨੂੰ ਤਾਰਨੇ, ਸਾਨੂੰ ਆਪਣੇ ਪਰਿਵਾਰ ਨੂੰ, ਮਾਤਾ ਪਿਤਾ ਬੱਚਿਆਂ ਨੂੰ ਕਿਤੇ ਆਸਰੇ ਛੱਡ ਕੇ ਚੱਲਿਆ ਵੀਰ ਨਾਨਕਾ। ਸਤਿਗੁਰੂ ਕਹਿੰਦੇ, ਭੈਣ ਨਾਨਕੀ ਜੀ, ਸਭ ਨੂੰ ਉਸ ਅਕਾਲ ਪੁਰਖ ਦਾ ਆਸਰਾ ਹੈ। ਭੈਣ ਭਰਾ ਦੇ ਵਾਰਤਾਲਾਪ ਕਿਸ ਤਰ੍ਹਾਂ ਹੁੰਦੇ ਨੇ? ਆਪ ਤੁਰ ਚੱਲੇ ਆਏ ਦੁਨੀਆਂ ਨੂੰ ਤਾਰਨੇ, ਸਾਡੀ ਬਾਹ ਕਿਸ ਨੂੰ ਫੜਾਈ, ਨਾਨਕੀ ਉਡੀਕੇ ਵੀਰ ਨਾਇਆ ਜਾ, ਤੇਰੀਆਂ ਉਡੀਕਾਂ ਨੇ ਸਤਾਇਆ,
मुंह बोल नानकी कुंडा खोल नानकी।